साढ़े पिछे दल बाबा बहादुर फिरी चंद जी के सिंह शरदेइयां रगड़ रहे हैं जिहड़ियां के बड़े चा दे नाल दे अंग सिंह जिन्हां नूं छकदे ने। इस दे अंदर निहंग सिंघां तों इलावा आम संगत जां आम जिहड़ा बंदा उह नहीं जा सकदा क्योंकि इक मर्यादा है जिन्हां ने पूरी मर्यादा जिहड़े सिंघ फॉलो करदे ने निभाउंदे ने उही निहंग सिंघ इत्थे शरदेइयां ने जिहड़े उह रगड़ सकदे ने। खास खास बदाम बदाम गिरियां काली मिर्च इलाचियां ये सारे पदार्थ पै के जिहड़ा रगड़ा तैयार हुंदा आ हुण रगड़ा तैयार हो रहा है और उन्हों फिर छाणा ला के जिहड़ा उहदे विचों आपां रस कढ़दे आ उहनूं शरदाई आखिया जांदा। ये देगीए सिंह जिवें लांगरी सिंह गुरु के लंगर दे विच कम करदे आ इहनां नूं जिहड़े इत्थे शरदाई रगड़दे आ सिंह इहनां नूं देगीए सिंह आख्या जांदा। इह तां देगीए सिंह किन्ना वजन होऊगा जी? तीन मन दे लागे आ। हांजी उहदा दूजे दा 40-45 किलो आ। हांजी 30-35 किलो दा वा। आम बंदा तां हिला भी नहीं सकदा जी ना तुसीं। ओह ते महापुरखां दी कृपा उह गेड़ नाले पक्के सिंह आ जी। ਜਿਵੇਂ ਅੰਤ ਸਿੰਘ ਸਾਹਿਬ ਜੀ ਨੇ ਦੱਸਿਆ ਦੇਗੀਏ ਸਿੰਘ ਇਹ ਨਾਲ ਸੇਵਾ ਕਰਦੇ ਦਲ ਪੰਥ ਦੇ ਵਿੱਚ ਸੋ ਕਈਆਂ ਦੀਆਂ ਜੋ ਬਚਪਨ ਤੋਂ ਆਏ ਜਿੰਨੀ ਸਾਡੀ ਏਜ ਹੈ ਇਸ ਉਮਰ ਤੋਂ ਆਏ ਆ ਬਾਬਾ ਜੀ ਸਾਰੇ ਸਿੰਘ ਜਿੰਨੇ ਵੱਡੀ ਉਮਰ ਦੇ ਸਿੰਘ ਵੇਖ ਰਹੇ ਹਾਂ ਇਹਨਾਂ ਦੀ ਸਾਰੀ ਉਮਰ ਇਸ ਸੇਵਾ ਦੇ ਵਿੱਚ ਲੰਘ ਚੁੱਕੀ। ਇਹ ਸਾਰੇ ਪਦਾਰਥ ਨਾਲ ਬਾਣੀ ਪੜ੍ਹਨੀ ਹੈ ਨਾਲ ਰਗੜਨਾ ਬਾਣੀ ਪੜ੍ਹਦਿਆਂ ਰਗੜ ਕੇ ਉਹਦਾ ਜਦੋਂ ਛਾਣਾ ਲੱਗ ਜਾਣਾ ਜੀ ਤੇ ਫਿਰ ਉਹਦੇ ਰਗੜੇ ਦੀ ਦੇਗਾਂ ਦੀ ਅਰਦਾਸ ਹੋਣੀ ਜਿਹਦੇ ਵਿੱਚ ਪੂਰੇ ਸਮੁੱਚੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਦਾ ਅਰਦਾਸਾ ਕਰਕੇ ਤੇ ਫਿਰ ਨਗਾਰੇ 'ਤੇ ਚੋਟ ਲੱਗਣੀ ਤੇ ਇਹ ਜਿਹੜੇ ਡੋਲੂ ਵਰਤੇ ਜਾਂਦੇ ਆ ਬਾਟੀਆਂ ਹਰ ਇੱਕ ਜੀ ਸਰਬਲੋ ਦੀ ਉਹ ਪੱਥਰ ਦਾ ਉਹ ਵੀ ਪੱਥਰ ਦਾ ਵਰਤਿਆ ਜਾਣਾ ਸੁਨਹਿਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਟੀਵੀ। ਅੱਜ ਅਸੀਂ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਹੋਏ ਹਾਂ ਜਿੱਥੇ ਹੋਲੇ ਮਹੱਲੇ ਦੇ ਪਵਿੱਤਰ ਦਿਨ ਚੱਲ ਰਹੇ ਨੇ। ਹੋਲਾ ਮਹੱਲਾ ਮਨਾਇਆ ਜਾ ਰਿਹਾ, ਚੜ੍ਹਦੀ ਕਲਾ ਦਾ ਪ੍ਰਤੀਕ 125,000 ਦੇ ਨਾਲ ਇੱਕ ਨੂੰ ਲੜਾਉਣ ਦਾ ਇਹ ਪ੍ਰਤੀਕ ਦਿਹਾੜਾ ਮਨਾਇਆ ਜਾ ਰਿਹਾ ਅਤੇ ਸਾਡੇ ਪਿੱਛੇ ਦਲ ਬਾਬਾ ਬਹਾਦਰ ਬਿਧੀ ਚੰਦ ਜੀ ਦੇ ਸਿੰਘ ਸ਼ਰਧਾਈਆਂ ਰਗੜ ਰਹੇ ਨੇ। ਸ਼ਰਧਾਈਆਂ ਜਿਹੜੀਆਂ ਕਿ ਬੜੇ ਚਾਅ ਦੇ ਨਾਲ ਨਿਹੰਗ ਸਿੰਘ ਜਿਨ੍ਹਾਂ ਨੂੰ ਛਕਦੇ ਨੇ ਪਰ ਇਹਨਾਂ ਦੇ ਬਾਰੇ ਵੀ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਆਮ ਲੋਕਾਂ ਨੂੰ ਨਹੀਂ ਹੈਗੀ। ਤਾਂ ਅੱਜ ਜਿਹੜੀ ਆਮ ਲੋਕਾਂ ਨੂੰ ਜਾਣਕਾਰੀ ਕਿ ਸ਼ਰਧਾਈਆਂ ਕਿਉਂ ਰਗੜੀਆਂ ਜਾਂਦੀਆਂ ਨੇ, ਸ਼ਰਧਾਈ ਦੇ ਵਿੱਚ ਪੈਣ ਵਾਲੇ ਤੱਤ ਕੀ ਹੁੰਦੇ ਨੇ, ਨਿਹੰਗ ਸਿੰਘ ਕਿਉਂ ਛਕਦੇ ਨੇ, ਸ਼ਰਧਾਈਆਂ ਦੇ ਸਰੀਰ ਨੂੰ ਕੀ ਫਾਇਦੇ ਨੇ ਅਤੇ ਕੀ ਮਰਿਆਦਾ ਆ। ਮਰਿਆਦਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇਸ ਦੇ ਅੰਦਰ ਨਿਹੰਗ ਸਿੰਘਾਂ ਤੋਂ ਇਲਾਵਾ ਆਮ ਸੰਗਤ ਜਾਂ ਆਮ ਜਿਹੜਾ ਬੰਦਾ ਉਹ ਨਹੀਂ ਜਾ ਸਕਦਾ ਕਿਉਂਕਿ ਇੱਕ ਮਰਿਆਦਾ ਹੈ ਜਿਨ੍ਹਾਂ ਨੇ ਪੂਰੀ ਮਰਿਆਦਾ ਨੂੰ ਜਿਹੜੇ ਸਿੰਘ ਫੋਲੋ ਕਰਦੇ ਨੇ ਨਿਭਾਉਂਦੇ ਨੇ ਉਹੀ ਨਿਹੰਗ ਸਿੰਘ ਇੱਥੇ ਸ਼ਰਧਾਈਆਂ ਨੇ ਜਿਹੜੇ ਉਹ ਰਗੜ ਸਕਦੇ ਨੇ ਤਿਆਰ ਕਰ ਸਕਦੇ ਨੇ। ਤਾਂ ਸਾਡੇ ਨਾਲ ਸਿੰਘ ਸਾਹਿਬ ਬਾਬਾ ਗੁਰਜੰਟ ਸਿੰਘ ਜੀ ਮੌਜੂਦ ਨੇ, ਹਜ਼ੂਰੀ ਰਾਗੀ ਦਲ ਬਾਬਾ ਬਹਾਦਰ ਬਿਧੀ ਚੰਦ ਜੀ, ਉਹਨਾਂ ਤੋਂ ਜਾਣਾਂਗੇ ਕਿ ਜਿਹੜੀਆਂ ਸ਼ਰਧਾਈਆਂ ਰਗੜੀਆਂ ਜਾਂਦੀਆਂ ਨੇ ਇਹਨਾਂ ਦਾ ਇਤਿਹਾਸ ਕੀ ਹੈ, ਮਰਿਆਦਾ ਕੀ ਹੈ, ਤਮਾਮ ਜਿਹੜੀ ਜਾਣਕਾਰੀ ਹੈ ਸਿੰਘ ਸਾਹਿਬ ਪਾਸੋਂ ਲੈਂਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਰਧਾਈ ਸ਼ਬਦ ਕੀ ਹੈ, ਸ਼ਰਧਾਈ ਸ਼ਬਦ ਦਾ ਕੀ ਅਰਥ ਹੈ ਜੀ? ਸ਼ਰਧਾਈ ਸ਼ਬਦ ਖਾਸ ਖਾਸ ਬਦਾਮ ਬਦਾਮ ਗਿਰੀਆਂ ਕਾਲੀ ਮਿਰਚ ਇਲਾਚੀਆਂ ਇਹ ਸਾਰੇ ਪਦਾਰਥ ਪੈ ਕੇ ਜਿਹੜਾ ਰਗੜਾ ਤਿਆਰ ਹੁੰਦਾ ਆ ਹੁਣ ਰਗੜਾ ਤਿਆਰ ਹੋ ਰਿਹਾ ਔਰ ਉਹਨੂੰ ਫਿਰ ਛਾਣਾ ਲਾ ਕੇ ਜਿਹੜਾ ਉਹਦੇ ਵਿੱਚੋਂ ਆਪਾਂ ਰਸ ਕੱਢਦੇ ਹਾਂ ਉਹਨੂੰ ਸ਼ਰਧਾਈ ਆਖਿਆ ਜਾਂਦਾ ਹੈ ਨਾ। ਤੋ ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਕੇ ਪੰਥ ਦੇ ਅੰਦਰ ਸੋ ਇਹ ਦੇਗੀਏ ਸਿੰਘ ਜਿਵੇਂ ਲਾਂਗਰੀ ਸਿੰਘ ਗੁਰੂ ਕੇ ਲੰਗਰ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੂੰ ਜਿਹੜੇ ਇੱਥੇ ਸ਼ਰਧਾਈ ਰਗੜਦੇ ਆ ਸਿੰਘ ਇਹਨਾਂ ਨੂੰ ਦੇਗੀਏ ਸਿੰਘ ਆਖਿਆ ਜਾਂਦਾ। ਵੱਡੀਆਂ ਵੱਡੀਆਂ ਦੇਗਾਂ ਇਹਨਾਂ ਨੇ ਰਗੜ ਰਗੜ ਕੇ ਸੰਗਤ ਵਾਸਤੇ ਤਿਆਰ ਕਰਨੀਆਂ ਔਰ ਇਹ ਵੀ ਇਹ ਜਿਹੜਾ ਸ਼ਰਧਾਈ ਹੈ ਬੜੇ ਸ਼ੌਂਕ ਦੇ ਨਾਲ ਬੜੇ ਪਿਆਰ ਦੇ ਨਾਲ ਗੁਰੂ ਕੀਆਂ ਸੰਗਤਾਂ ਛਕਦੀਆਂ ਦਲਾਂ ਪੰਥਾਂ ਦੇ ਵਿੱਚ ਸਾਰੇ ਦਲਾਂ ਪੰਥਾਂ ਦੇ ਵਿੱਚ ਨਿਹੰਗ ਸਿੰਘਾਂ ਦੇ ਵਿੱਚ ਇਹ ਮਰਿਆਦਾ ਹੈ। ਜਿਹੜੇ ਇਹ ਸਲੋਤਰ ਨੇ ਜਿਨ੍ਹਾਂ ਦੇ ਨਾਲ ਸ਼ਰਧਾਈਆਂ ਜਿਹੜੀਆਂ ਰਗੜੀਆਂ ਜਾਂਦੀਆਂ ਨੇ ਇਹ ਕਿਹੜੀ ਲੱਕੜ ਚੁਣਦੇ ਕੋਈ ਲੱਕੜ ਖਾਸ ਚੁਣਦੇ ਇਸ ਦੇ ਵਾਸਤੇ? ਇਹ ਨਿੰਮ ਦੇ ਵੀ ਹੁੰਦੇ ਆ ਕਿੱਕਰ ਦੇ ਵੀ ਹੁੰਦੇ ਆ।
ਕਿੰਨਾ ਖਾਊਗਾ ਸਲੋਤਰ ਦਾ ਇਹਦਾ ਵਜਨ ਇਹਦਾ ਦੇਗੀਏ ਸਿੰਘ ਕਿੰਨਾ ਵਜਨ ਹੋਊਗਾ ਜੀ ਇਹਦਾ 3 ਮਣ ਦੇ ਲਾਗੇ ਆ ਹਾਂਜੀ ਉਹਦਾ ਦੂਜੇ ਦਾ 40 45 ਕਿਲੋ ਆ ਹਾਂਜੀ ਉਹ 30 35 ਕਿਲੋ ਦਾ ਵਾ ਆਮ ਬੰਦਾ ਤਾਂ ਹਲਾ ਵੀ ਨਹੀਂ ਸਕਦਾ ਜਿੰਨਾ ਤੁਸੀਂ ਰੋਜ਼ ਦੇ ਮਹਾਂਪੁਰਖਾਂ ਦੀ ਕਿਰਪਾ ਉਹ ਗੇੜਨ ਵਾਲੇ ਪੱਕੇ ਸਿੰਘ ਆ ਜੀ ਹਾਂਜੀ ਉਹ ਰੋਜ਼ ਗਾੜੀ ਕੇ ਤਾਕਤ ਕਿੱਥੋਂ ਲੈ ਕੇ ਆਉਨੇ ਆ ਬਾਬਾ ਵਿਧੀ ਚੰਦ ਸਾਹਿਬ ਹੀ ਕਲਾਉਂਦਾ ਜੀ ਉਹੋ ਹੀ ਤਾਕਤਾਂ ਦਿੰਦਾ ਜੀ ਹਾਂਜੀ ਉਹ ਮਹਾਰਾਜ ਬਲ ਪਾ ਕਰ ਦਿੰਦਾ ਵਾ ਸਾਰਾ ਦਿਨ ਤੁਸੀਂ ਰਖਣ ਦਾ 2 ਵਜੇ ਤੋਂ ਲੱਗੇ ਆ ਜੀ ਰਾਤ ਦੇ 11 ਵਜੇ ਤੱਕ ਇਤਰਾ ਹੀ ਪਹਿਰਾ ਰਹਿਣਾ ਵਾ ਸੌਂਦੇ ਫਿਰ ਕਦੋਂ ਸੌਣੇ ਘੰਟਾ 2 ਘੰਟੇ ਅੱਛਾ ਹਾਂਜੀ ਸਾਰਾ ਦਿਨ ਸੇਵਾ ਦੇ ਵਿੱਚ ਕਰਦੇ ਸੇਵਾ ਦੇ ਵਿੱਚ ਗੁਰੂ ਘਰ ਦੇ ਸੇਵਾ 'ਚ ਹੀ ਲੰਘ ਜਾਂਦਾ ਜੀ ਬਾਬਾ ਜੀ ਉਹਨਾਂ ਨੇ ਆਖਿਆ ਕਿ ਸੌਂਦੇ 1-2 ਘੰਟਾ ਆ ਸਾਰਾ ਦਿਨ ਸੇਵਾ ਕਰਦੇ ਆ ਆਖਰ ਇਹ ਜਿਹੜੀ ਸ਼ਕਤੀ ਹੈ ਇਹ ਬਲ ਮਿਲਦਾ ਕਿੱਥੋਂ ਇਸ ਦੇ ਪਿੱਛੇ ਦੇ ਕੀ ਕਾਰਨ ਕੀ ਨੇ ਕਿੱਥੋਂ ਬਲ ਮਿਲਦਾ ਇਹ ਮਹਾਰਾਜ ਸਾਹਿਬ ਦੀ ਬਾਣੀ ਦੇ ਵਿੱਚੋਂ ਜੀ ਦਲ ਪੰਥ ਦੇ ਵਿੱਚ 1 ਵਜੇ ਨਿਤਨੇਮ ਗੁਰਬਾਣੀ ਦੇ ਪਾਠ ਆਰੰਭ ਹੋ ਜਾਂਦੇ ਆ 1 ਵਜੇ ਤੋਂ 4 ਵਜੇ ਤੱਕ ਨਿਤਨੇਮ ਗੁਰਬਾਣੀ ਦੇ ਪਾਠ ਪੰਜੇ ਬਾਣੀਆਂ ਨਿਤਨੇਮ ਦੀਆਂ ਸੁਖਮਣੀ ਸਾਹਿਬ ਚੰਡੀ ਦੀ ਵਾਰ ਵੀਰ ਰਸੀ ਬਾਣੀ ਜਿਹੜੀ ਇਹ ਸ਼ਕਤੀ ਸਿੰਘਾਂ ਨੂੰ ਦਿੰਦੀ ਹੈ ਸੋ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਇਹ ਸਾਰੀ ਤਾਕਤ ਗੁਰੂ ਦੀਆਂ ਫੌਜਾਂ ਦੇ ਵਿੱਚ ਆਉਂਦੀ ਹੈ ਜਿਵੇਂ ਸੋ ਤਕਰੀਬਨ 4 ਵਜੇ ਨਗਾਰਾ ਵੱਜ ਜਾਂਦਾ ਪਹਿਲੇ ਰਗੜੇ ਸੋ ਜਿਹੜੇ ਸਿੰਘਾਂ ਨੇ ਅੰਮ੍ਰਿਤ ਵੇਲੇ ਉਹ ਛੱਕ ਕੇ ਜਿਹੜਾ ਰਗੜਾ ਨਿਰੀਆਂ ਗਿਰੀਆਂ ਦਾ ਸਿੰਘ ਪਾਉਂਦੇ ਉਦੋਂ ਬਾਦਾ ਫੇਰਾ ਵੱਡਾ ਜਿਹੜਾ ਭਰਨਾ ਹੁੰਦਾ ਕੁੰਭਕਰਨ ਇਹਨੂੰ ਕੁੰਭਕਰਨ ਆਖਿਆ ਜਾਂਦਾ ਜੀ ਇਹ ਭਰਨਾ ਹੁੰਦਾ ਸਾਰਾ ਦਿਨ ਫਿਰ ਇਹ ਵਰਤਣਾ ਵਾ ਜਿਵੇਂ ਸਿੰਘ ਸਾਹਿਬ ਜੀ ਨੇ ਦੱਸਿਆ ਦੇਗੀਏ ਸਿੰਘ ਇਹ ਨਾਲ ਸੇਵਾ ਕਰਦੇ ਦਲ ਪੰਥ ਦੇ ਵਿੱਚ ਸੋ ਕਈਆਂ ਦੀਆਂ ਸੋ ਬਚਪਨ ਤੋਂ ਆਏ ਜਿੰਨੀ ਸਾਡੀ ਏਜ ਹੈ ਇਸ ਉਮਰ ਤੋਂ ਆਏ ਆ ਬਾਬਾ ਜੀ ਸਾਰੇ ਸਿੰਘ ਜਿੰਨੇ ਵੱਡੀ ਉਮਰ ਦੇ ਸਿੰਘ ਵੇਖ ਰਹੇ ਆ ਇਹਨਾਂ ਦੀ ਸਾਰੀ ਉਮਰ ਇਸ ਸੇਵਾ ਦੇ ਵਿੱਚ ਲੰਘ ਚੱਲੀ ਮਰਿਆਦਾ ਕੀ ਹੈ ਰਗੜਨ ਦੀ ਪੂਰੀ ਮਰਿਆਦਾ ਕੀ ਰਗੜਨ ਦੀ ਮਰਿਆਦਾ ਇਦਾਂ ਹੈ ਜੀ ਪਹਿਲਾਂ ਇਹ ਜਿਹੜੇ ਸਾਰੇ ਪਦਾਰਥ ਆਪਾਂ ਇਹਦੇ ਆਪਣੇ ਸੁਨਹਿਰੇ ਦੇ ਵਿੱਚ ਪਾ ਲੈਂਦੇ ਸੁਨਹਿਰਾ ਆਖਿਆ ਜਾਂਦਾ ਜੀ ਇਹਦੇ ਵਿੱਚ ਰਗੜਨ ਇਹਨੂੰ ਸਲੋਤਰ ਆਖਦੇ ਸਿੰਘ ਇਹ ਸਾਰੇ ਪਦਾਰਥ ਨਾਲ ਬਾਣੀ ਪੜ੍ਹਦੀ ਹੈ ਨਾਲ ਰਗੜਦਾ ਮੈਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਰਗੜ ਕੇ ਉਹਦਾ ਜਦੋਂ ਛਾਣਾ ਲੱਗ ਜਾਣਾ ਜੀ ਅਤੇ ਫਿਰ ਉਹਦੇ ਰਗੜੇ ਦੀ ਦੇਗਾਂ ਦੀ ਅਰਦਾਸ ਹੋਣੀ ਜਿਹਦੇ ਵਿੱਚ ਪੂਰੇ ਸਮੁੱਚੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਦਾ ਅਰਦਾਸਾ ਕਰਕੇ ਅਤੇ ਫਿਰ ਨਗਾਰੇ 'ਤੇ ਚੋਟ ਲੱਗਣੀ ਵੀ ਗੁਰੂ ਦੀਆਂ ਦੇਗਾਂ ਸ਼ਰਧਾਈਆਂ ਤਿਆਰ ਹੈ ਜਿਹੜਾ ਮਰਜ਼ੀ ਆ ਕੇ ਛੱਕ ਸਕਦਾ ਛਕਣ ਵਾਲਿਆਂ ਵਾਸਤੇ ਨਹੀਂ ਕੋਈ ਪਾਬੰਦੀ ਆ ਵੇਖੋ ਕਈ ਨਾ ਵਹਿਮ ਪਾਏ ਗਏ ਵੀ ਇਹ ਤਾਂ ਜਾਤਾਂ ਦਾ ਭੇਦਭਾਵ ਕੀਤਾ ਜਾਂਦਾ ਵਾ ਜਾਂ ਇਹ ਆਹ ਗੱਲ ਆ ਉਹ ਗੱਲ ਆ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਜਸਟ ਇਹ ਮਰਿਆਦਾ ਵਾ ਵੀ ਜਿਹੜੇ ਸਿੰਘ ਮਰਿਆਦਾ ਵਿੱਚ ਰਹਿੰਦੇ ਆ ਨਿਤਨੇਮੀ ਸਿੰਘ ਆ ਉਹ ਇੱਥੇ ਇਹ ਵਲਗਣੇ ਦੇ ਵਿੱਚ ਆ ਕੇ ਸੇਵਾ ਕਰ ਸਕਦੇ ਆਹ ਵੇਖੋ ਤੁਸੀਂ ਉੱਥੇ ਕਿਤੋਂ ਜਾਤ ਪੁੱਛ ਕੇ ਨਹੀਂ ਵਰਤਾਇਆ ਜਾ ਬਿਨਾਂ ਜਾਤ ਪਾਤ ਭੇਦਭਾਵ ਤੋਂ ਇਹ ਜਿਹੜੀਆਂ ਮਿੱਠੀਆਂ ਠੰਡੀਆਂ ਸ਼ਰਧਾਈਆਂ ਤਾਕਤਵਰ ਇਹ ਛਕਾਈਆਂ ਜਾਂਦੀਆਂ ਕਿੰਨੇ ਕੁ ਫਾਇਦੇ ਨੇ ਇਹਨਾਂ ਸ਼ਰਧਾਈਆਂ ਦੇ ਇਹ ਮੈਂ ਪਹਿਲਾਂ ਬੇਨਤੀ ਆਪ ਜੀ ਨੂੰ ਜਦੋਂ ਆਪਾਂ ਲੰਗਰ ਦੇ ਵਿੱਚ ਗੱਲਬਾਤ ਕੀਤੀ ਉਦੋਂ ਵੀ ਕੀਤੀ ਵੀ ਜਿਹੜੀ ਵੀ ਮਰਿਆਦਾ ਪੰਥ ਖਾਲਸੇ ਨੂੰ ਮਹਾਰਾਜ ਨੇ ਬਖਸ਼ੀ ਹੈ ਉਹ ਬੜੀ ਦੂਰ ਅੰਦੇਸ਼ੀ ਦੇ ਨਾਲ ਬਖਸ਼ੀ ਸੋ ਇਹ ਜਿਹੜੀਆਂ ਸ਼ਰਧਾਈਆਂ ਜਾਂ ਇਹਦੇ ਵਿੱਚ ਥੋੜ੍ਹੀ ਬੂਟੀ ਵੀ ਦੇਗਾਂ ਦੀ ਪਾਉਂਦੇ ਆ ਜਿਹਨੂੰ ਆਪਾਂ ਸੁੱਖਾ ਕਹਿ ਦਿੰਦੇ ਉਹ ਵੀ ਇਹ ਵੀ ਬੜਾ ਗਲਤ ਪੇਸ਼ ਕੀਤਾ ਗਿਆ ਵੀ ਨਿਹੰਗ ਸਿੰਘ ਦੇ ਸੁੱਖਾ ਪੀ ਕੇ ਸੁੱਧ ਬੁੱਧ ਭੁੱਲ ਜਾਂਦੀ ਜਾਂ ਇੱਦਾਂ ਉੱਦਾਂ ਉਹ ਇੱਕ ਬੂਟੀ ਜਿਹਦੇ ਨਾਲ ਗਰਮੀ ਨਹੀਂ ਸੀ ਪੈਂਦੀ ਮੇਦੇ ਦੇ ਵਿੱਚ ਸਿੰਘ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਸੀ ਕਈ ਵਾਰੀ ਲੰਗਰ ਇਹ 18ਵੀਂ ਸਦੀ ਦਾ ਸਮਾਂ ਇਹੋ ਜਿਹਾ ਵੀ ਲੰਗਰ ਪ੍ਰਸ਼ਾਦਾ ਵੀ ਸਮੇਂ ਸਿਰ ਨਹੀਂ ਸੀ ਸਿੰਘ ਛੱਕ ਪਾਉਣ ਵੀ ਸਿੰਘਾਂ ਦੇ ਮੇਦੇ ਦੇ ਵਿੱਚ ਜਦੋਂ ਜਿਗਰ ਦੀ ਗਰਮੀ ਤੁਸੀਂ ਵੇਖੋ ਡਾਕਟਰ ਵੀ ਇਹ ਗੱਲ ਦੱਸਦੇ ਆ ਵੀ ਸਾਰੀਆਂ ਬਿਮਾਰੀਆਂ ਦਾ ਮੁੱਢ ਜਿਗਰ ਦੀ ਗਰਮੀ ਜਦੋਂ ਗਰਮੀ ਪੈ ਜਾਂਦੀ ਹੈ ਫਿਰ ਉਹ ਕਈ ਰੋਗਾਂ ਨੂੰ ਅੰਦਰੋਂ ਉਤਪੰਨ ਕਰਦੀ ਇਹ ਜਿਹੜੀ ਸ਼ਰਧਾਈ ਆ ਜਾਂ ਇਹ ਜਿਹੜੀਆਂ ਦੇਗਾਂ ਵਾ ਜੇ ਸਿੰਘ ਵਰਤੋਂ ਕਰਦੇ ਮਰਿਆਦਾ ਕਰਕੇ ਥੋੜ੍ਹੀ ਬਹੁਤ ਇਹਦੀ ਉਹ ਤਾਂ ਹੀ ਕਰਦੇ ਆ ਵੀ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣਾ ਹੁੰਦਾ ਵਾ ਗਰਮੀ ਦੇ ਦਿਨਾਂ ਵਿੱਚ ਨੰਗੇ ਪੈਰੀ ਰਹਿਣਾ ਹੁੰਦਾ ਵਾ ਇਹਨਾਂ ਦੇ ਜਿਗਰ ਦੇ ਵਿੱਚ ਗਰਮੀ ਨਾ ਪਵੇ ਇਹ ਮਹਾਰਾਜ ਸਾਹਿਬ ਨੇ ਮਰਿਆਦਾ ਬਖਸ਼ੀ ਫਿਰ ਇਹ ਵੇਖੋ ਵੀ ਜਦੋਂ ਸਿੰਘ ਜੰਗਾਂ ਯੁੱਧਾਂ ਦੇ ਵਿੱਚ ਰਹਿੰਦੇ ਸੀ ਕਈ ਕਈ ਘਾਵ ਕਈ ਕਈ ਫੱਟ ਸਿੰਘਾਂ ਦੇ ਲੜਦਿਆਂ ਜਦੋਂ ਝੜਪਾਂ ਹੁੰਦੀਆਂ ਲੱਗ ਜਾਂਦੇ ਇਹ ਇਹਦੇ ਨਾਲ ਜ਼ਖਮ ਜਿਹੜਾ ਵਾ ਉਹਦੇ ਵਿੱਚ ਪਾਕ ਨਹੀਂ ਪੈਂਦੀ ਖੁਸ਼ਕ ਰਹਿੰਦਾ ਇਹ ਵੀ ਇਹਦਾ ਇੱਕ ਜਿਹੜਾ ਇਹਦੇ ਕਰਕੇ ਵੀ ਮਹਾਰਾਜ ਸੱਚ ਜ਼ਖਮ ਛੇਤੀ ਭਰਦਾ ਹਾਂ ਹਾਂ ਇਹਦੇ ਨਾਲ ਜਿਹੜਾ ਜ਼ਖਮ ਆ ਜ਼ਿਆਦਾ ਲੰਮਾ ਚਿਰ ਮਤਲਬ ਨਹੀਂ ਰਹਿੰਦਾ ਠੀਕ ਹੋ ਜਾਂਦਾ ਜਲਦੀ ਜਿਵੇਂ ਤੁਸੀਂ ਕਿਹਾ ਬੂਟੀ ਵਰਤੀ ਜਾਂਦੀ ਆ ਉਸਦਾ ਕੋਈ ਪੈਮਾਨਾ ਜਾਂ ਕੋਈ ਮਰਿਆਦਾ ਉਸਦੀ ਵੀ ਹੈ ਕਿ ਕਿੰਨੀ ਕੁ ਵਰਤੋਂ ਹੋਣੀ ਇਹਦਾ ਮੋਰ ਝਾੜਿਆ ਹੋਵੇ ਕਿ ਘਰ ਪੁੱਤ ਨਾ ਹੁੰਦਾ ਹੋਵੇ ਕਿ ਕੋਈ ਬਿਮਾਰੀ ਨਾ ਹਟਦੀ ਹੋਵੇ ਉਹ ਸੁੱਖਾ ਰਗੜ ਕੇ ਦੇਗ ਰਗੜ ਕੇ ਉਹਦੀ ਅਰਦਾਸ ਕਰੀਏ ਤੇ ਉਹਦਾ ਮੋਰਚਾ ਟੁੱਟ ਜਾਂਦਾ ਕੋਈ ਪੈਮਾਨਾ ਬਿਲਕੁਲ
हाँ ये जो आप रहतनामे भी पढ़ते हैं ना जी, महाराज सच्चे पातशाह ने फौजां नूं इस गल की छोट दी है। तो मासा फीम रत्ती भंग सिंह होए सो शके निसंग, भी शंके तो रहत ये गल नहीं, जो कोई दल पंथ में सेवा करने वाले सिंह है तो वह शक सकते, मतलब जिन्ना वो जिदे नाल उन्हां दी जिहड़ी सुरती बिरती आ, ये भी सिंह बाणी पढ़ते सुरती बिरती भी इहदे नाल एकागर रहिंदी है। तो ये रूह वास्ते भी ये जिहड़ी देग है ये ठीक है, पर इहनूं नशे के तौर पर नहीं फौजां वरतदी ना जी। जे कोई वरतदा वा, जे कोई वरतदा नशे वास्ते तो वह गलत है। महाराज सच्चे पातशाह ने ये आग्या इस करके दिती है भी ये फौजां ने ये तो गर्मी के दिनों के भी धुप्प के रहना हुंदा वा, तो जदों खालसे दे कदे भी कोई जंगा युद्धां दा समा आ सकदा, अज भी आ बने हुए सारे आसार बनते जाते भी जाणिया जिहड़ी मर्यादा वा उहनूं नहीं पंथ वसारदा, जिहड़ी मर्यादा महाराज ने बख्शी उहनूं कायम रखना भावें उह समा कोई भी होवे। समय जो एंटी कलॉक है खालसा समय, तुसीं वेखो सिंह निहंग सिंह कितें परिक्रमा भी करनगे ना जी, ਉਹ ਹਾਂ ਐਂਟੀ ਜਾਂ ਕਲੋਕ ਜਿਹੜੇ ਪਾਸੇ ਨੂੰ ਚੱਲਦਾ ਉੱਧਰ ਨੂੰ ਨਹੀਂ ਕਰਦੇ, ਇਹ ਕਰਨਾ ਵੈ ਸਮੇਂ ਦੇ ਨਾਲ ਆਪਣੀ ਮਰਿਆਦਾ ਨੂੰ ਨਹੀਂ ਬਦਲਦੇ, ਗੁਰੂ ਸਾਹਿਬ ਨੇ ਜਿਹੜੀ ਬਖਸ਼ੀ ਉਹਨੂੰ ਕਾਇਮ ਰੱਖਦੇ। ਤੁਸੀਂ ਕਹਿ ਕੇ ਬਹੁਤ ਥੋੜ੍ਹੀ ਮਾਤਰਾ ਵਰਤੀ ਜਾਂਦੀ ਆ, ਪਰ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ, ਲੋਕਾਂ ਦੇ ਮਨਾਂ ਦੇ ਵਿੱਚ ਵੀ ਹੋਊਗਾ ਕਿ ਬਹੁਤ ਸਾਰੇ ਜਿਹੜੇ ਨਿਹੰਗ ਸਿੰਘ ਨੇ ਉਹ ਆਮ ਮੇਲਿਆਂ ਦੇ ਵਿੱਚ ਬਾਹਰ ਬੈਠੇ ਰਗੜ ਕੇ ਉਹ ਨਿਰੀ ਭੰਗ ਹੀ ਰਗੜ ਕੇ ਦੇਈ ਜਾਂਦੇ ਆ, ਗਲਾਸ ਵਿੱਚ ਵੀ ਟਿੱਕੀਆਂ ਵੀ, ਉਹ ਸਹੀ ਹੈ ਕਿ ਮਨ ਉਹ ਮਨਮਤ ਦੀ ਗੱਲ ਹੈ ਜੀ? ਇੱਦਾਂ ਨਹੀਂ ਜੀ, ਜੇ ਇਹਦਾ ਪੰਥ ਦੀ ਮਰਿਆਦਾ ਵੇਖੋ, ਹੁਣ ਬਕਾਇਦਾ ਜਿੱਥੇ ਇਹ ਸਿੰਘ ਤਿਆਰ ਪਰ ਤਿਆਰ ਹੁੰਦੇ ਆ ਨਿਸ਼ਾਨ ਸਾਹਿਬ ਦੀ ਤਾਬਿਆ, ਗੁਰੂ ਕੇ ਪੰਥ ਦੀ ਜਿਹੜੀ ਰਵਾਇਤ ਆ ਉਹਨੂੰ ਉਹਦਾ ਆਪਦਾ ਰੁਜ਼ਗਾਰ ਬਣਾਇਆ ਉਹਨਾਂ ਨੇ, ਉਹ ਗਲਤ ਆ। ਉਹ ਇਉਂ ਕਹਿ ਲਈਏ ਵੀ ਇਹ ਜਿਹੜਾ ਨਿਹੰਗਾ ਸਿੰਘਾਂ ਦਾ ਜਿਹੜਾ ਅਕਸ ਅੰਨ ਜੀ, ਉਹ ਲੋਕ ਉਹਨੂੰ ਵਿਗਾੜ ਰਹੇ, ਉਹ ਨਹੀਂ ਚਾਹੀਦਾ। ਚਲੋ ਆਪਣੇ ਤੌਰ 'ਤੇ ਕੋਈ ਆਪਦੇ ਲਿਬਾਸ ਵਿੱਚ ਜੋ ਮਰਜ਼ੀ ਕਰੇ, ਨਿਹੰਗ ਸਿੰਘਾਂ ਦੇ ਲਿਬਾਸ ਦੇ ਵਿੱਚ ਹੁਣ ਵੇਖੋ ਆ ਫੌਜਾਂ ਇਹ ਇਹਨਾਂ ਦੀ ਸਾਰੀ ਸਾਰੀ ਆਰਜੂ ਸੇਵਾ ਕਰਦਿਆਂ ਦੀ ਲੰਘ ਗਈ, ਕੋਈ ਕਿਸੇ ਤਰ੍ਹਾਂ ਦਾ ਸਵਾਰਥ ਜਾਂ ਲਾਲਚ ਨਹੀਂ, ਸਿਰਫ ਗੁਰੂ ਘਰ ਦੀ ਮਰਿਆਦਾ ਦੇ ਵਾਸਤੇ ਇਹ ਜਿਹੜੀ ਸੇਵਾ। ਉਹ ਇਹਦਾ ਕਰਕੇ ਉਹਨਾਂ ਲੋਕਾਂ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਇਹੋ ਜਿਹੀਆਂ ਕੁਰੀਤੀਆਂ ਕਰਨੀਆਂ ਜਾਂ ਨਸ਼ਾ ਕਰਨਾ, ਉਹ ਸਿਰਫ ਨਿਹੰਗਾ ਸਿੰਘਾਂ ਦਾ ਅਕਸ ਵਿਗਾੜ ਰਿਹਾ, ਇਹਦੋਂ ਵੱਧ ਕੇ ਉਹ ਕੋਈ ਮਰਿਆਦਾ ਦੀ ਗੱਲ ਨਹੀਂ। ਨਾ ਮਹਾਰਾਜ ਨੇ ਇਹ ਗੱਲ ਦੀ ਛੋਟ ਦਿੱਤੀ, ਇਹ ਤਾਂ ਸਿਰਫ ਬਿਲਕੁਲ ਘੱਟ ਵਰਤੀ ਜਾਂਦੀ, ਬਿਲਕੁਲ ਥੋੜ੍ਹੀ। ਉਹ ਜਿਹੜਾ ਨਿਰਾ ਰਗੜ ਰਗੜ ਕੇ ਉਹਦਾ ਨਸ਼ੇ ਦੇ ਵਜੋਂ ਨਸ਼ਾ ਦਾ ਕਿਸੇ ਵੀ ਚੀਜ਼ ਦਾ ਮਾੜਾ, ਹਾਂਜੀ ਇਹ ਵੀ ਸਾਰਾ ਜਿਹੜਾ ਤਿਆਰ ਕੀਤਾ ਜਾਂਦਾ ਜਿਵੇਂ ਸੁਨਹਿਰੇ ਸਲੋਤਰ ਦੇ ਨਾਲ ਨਾਲ ਸਰਬਲੋ ਦੇ ਬਰਤਨ ਵਰਤੇ ਜਾਂਦੇ। ਹਾਂ ਸਰਬਲੋ ਦੇ, ਆਹ ਵੇਖੋ ਤੁਸੀਂ ਵੱਡਾ ਜਿਹੜਾ ਉਹ ਵੀ ਸਰਬਲੋ ਦਾ ਵਾ, ਅਤੇ ਇਹ ਜਿਹੜੇ ਡੋਲੂ ਵਰਤੇ ਜਾਂਦੇ ਆ, ਬਾਟੀਆਂ ਹਰ ਇੱਕ ਚੀਜ਼ ਸਰਬਲੋ ਦੀ, ਉਹ ਪੱਥਰ ਦਾ ਉਹ ਵੀ ਪੱਥਰ ਦਾ ਵਰਤਿਆ ਜਾਣਾ ਸੁਨਹਿਰਾ, ਅਤੇ ਆਹ ਜਿਹੜੇ ਸਲੋਤਰ ਜਿਵੇਂ ਜਿਵੇਂ ਆ ਨਿੰਮ ਦੇ, ਇਹ ਜਿਹੜੀ ਲੱਕੜ ਹੈ ਨਾ ਜੀ, ਇਹ ਵੀ ਜਦੋਂ ਰਗੜੀ ਜਾਂਦੀ ਵਿੱਚ ਇਹ ਵੀ ਗੁਣਕਾਰੀ ਸਰੀਰ ਵਾਸਤੇ, ਜੇ ਇਹਦੇ ਅੰਸ਼ ਵੀ ਸਰੀਰ ਵਿੱਚ ਜਾਣਗੇ ਜਾਂ ਪੱਥਰ ਦੇ ਜਾਣਗੇ ਜਾਂ ਲੱਕੜ ਦੇ ਜਾਣਗੇ, ਸਰਬਲੋਏ ਦੇ ਅੰਸ਼ ਅੰਦਰ ਜਾਣਗੇ, ਉਹ ਸਾਰੇ ਸਰੀਰ ਵਾਸਤੇ ਗੁਣਕਾਰੀ। ਜਿਵੇਂ ਜਿਹੜੇ ਅੱਠ ਪਦਾਰਥ ਪੈਂਦੇ ਨੇ, ਬਦਾਮ, ਕਾਲੀ ਮਿਰਚ, ਖਸਖਸ, ਉਹ ਸਾਰੇ ਪਦਾਰਥਾਂ ਨੂੰ ਰਗੜ ਕੇ ਉਸਦਾ ਪੂਰਾ ਨਿਚੋੜ ਆ ਜਿਹੜਾ ਉਹ ਕੱਢ ਲਿਆ ਜਾਂਦਾ। ਹਾਂ ਹਾਂ, ਉਹਦਾ ਨਿਚੋੜ, ਉਹਨੂੰ ਆਖਿਆ ਜਾਂਦਾ ਛਾਣਾ ਲਾਉਣਾ। ਹਾਂਜੀ, ਸਿੰਘ ਰਗੜ ਕੇ ਉਹ ਨੁਕਦਾ ਤਿਆਰ ਕਰਦੇ ਨੇ, ਗੋਲਾ ਚਲਾਉਂਦੇ ਨੇ, ਉਹ ਕੀ ਆ ਉਹਦੀ ਮਰਿਆਦਾ ਕੀ? ਇਹ ਵੀ ਨਿਹੰਗ ਸਿੰਘਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਦੇ ਵੇਲੇ ਤੋਂ ਹੀ ਗੁਰੂ ਦੀਆਂ ਫੌਜਾਂ ਦੇ ਵਿੱਚ ਨਾਲ ਬਾਣੀ ਪੜ੍ਹ ਕੇ, ਸਲੋਕ ਪੜ੍ਹ ਕੇ, ਉਹ ਵੀਰ ਰਸੀ ਬੋਲੇ ਨਿਹੰਗ ਸਿੰਘਾਂ ਦੇ, ਉਹ ਪੜ੍ਹ ਕੇ ਜਦੋਂ ਨਿਹੰਗ ਸਿੰਘ ਗੋਲਾ ਛੱਡਦੇ, ਬਹੁਤੇ ਜਿਹੜੇ ਕਈ ਘੁੱਸ ਪੈਂਟ ਕਰਦੇ ਉਹਨਾਂ ਦੇ ਦਿਲੋਂ ਹੀ ਹਿੱਲ ਜਾਂਦੇ ਖਾਲਸੇ ਦੇ ਜਕਾਰੇ ਸੁਣ ਕੇ। ਉਹ ਇਸੇ ਤਰ੍ਹਾਂ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਪੰਥ ਦੇ ਵਿੱਚ ਜਿਨ੍ਹਾਂ ਨੇ ਸੇਵਾ ਕਰਨੀ ਆ, ਤੋ ਕਰਮਖੰਡ ਕੀ ਬਾਣੀ ਜੋਰ, ਜਪਜੀ ਸਾਹਿਬ ਦੇ ਜਿਹਦੇ ਧਰਮ ਦੇ ਕਰਮ ਜਿਹਦੇ ਜੀਵਨ ਦੇ ਵਿੱਚ ਆ ਗਏ ਨਾ ਜੀ, ਉਹਦੇ ਬੋਲਾਂ ਦੇ ਵਿੱਚ ਵੀ ਬਾਣੀ ਉਹਦੀ ਜ਼ੋਰ ਵਾਲੀ ਹੋ ਜਾਂਦੀ, ਸ਼ਕਤੀ ਵਾਲੇ ਬੋਲ ਹੋ ਜਾਂਦੇ। ਉਹ ਫਿਰ ਜਦੋਂ ਨਿਹੰਗ ਸਿੰਘ ਅਰਦਾਸਾ ਸੋਧ ਕੇ ਛੱਡਦੇ ਆ, ਤਾਂ ਉਹ ਵੱਡੇ ਵੱਡੇ ਮੋਰਚੇ ਫਿਰ ਫਤਿਹ ਹੋ ਜਾਂਦੇ। ਉਹਦੇ ਬੋਲ ਕੀ ਨੇ, ਬੋਲ ਸੁਣਾ ਸਕਦਾ ਸਾਨੂੰ ਕੋਈ ਵੀ ਉਹਦੇ ਨੁਕਦੇ ਦੇ ਬੋਲ? ਇੱਥੇ ਗੋਲਾ ਛੱਡਦੇ ਜੀ ਸਾਰੇ, ਗੋਲੇ ਦੇ ਬੋਲ ਸੁਣਾ ਸਕਦੇ ਹੋ ਸਾਨੂੰ ਤੁਸੀਂ? ਇੱਥੇ ਬੋਲਦੇ ਜੀ, ਆ ਗਿਆ ਮਲੇਸ਼ਣ ਨੁਕਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਤੇਰਾ ਗੁਰੂ ਪੰਥ ਖਾਲਸੇ ਅੱਗੇ ਕੋਈ ਦਾਵਾ ਨਹੀਂ ਪੁੱਗਦਾ, ਪੱਟੀ ਤੇਰੀ ਮੇਜ਼ ਖਾਨਾ ਤੇਰਾ ਖਰਾਬ, 12 ਕੋਹ ਦੀ ਉਜਾੜ, ਸਿੰਘ ਚੜ੍ਹਨਗੇ ਸ਼ਿਕਾਰ। ਉਹ ਇਸ ਤਰ੍ਹਾਂ ਜਿਹੜਾ ਸਾਰਾ ਇਹ ਸਲੋਕ ਪੜ੍ਹ ਕੇ ਨਾ ਜੀ, ਨੁਕਦੇ ਦਾ ਸਲੋਕ ਇਹਨੂੰ ਆਖਿਆ ਜਾਂਦਾ ਹੈ, ਇਹ ਸਾਰਾ ਨਾਲ ਜ਼ਫਰਨਾਮੇ ਦੀਆਂ ਪੰਕਤੀਆਂ ਹੁੰਦੀਆਂ ਇਹਦੇ ਵਿੱਚ, ਉਹ ਪੜ੍ਹ ਕੇ ਫਿਰ ਨਿਹੰਗ ਸਿੰਘ ਇਹ ਜਿਹੜਾ ਗੋਲਾ ਛੱਡਦੇ ਜੀ। ਬਾਣੀ ਹੈ ਦਸਮ ਪਾਤਸ਼ਾਹ ਦੀ ਬਾਣੀ? ਹਾਂਜੀ, ਨਹੀਂ ਨਹੀਂ ਜੀ, ਇਹ ਨਿਹੰਗ ਸਿੰਘਾਂ ਦੇ ਬੋਲੇ ਆ, ਜਿਹੜੇ ਜ਼ਫਰਨਾਮੇ ਦੀ ਬਾਣੀ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ, ਉਹਦੇ ਵਿੱਚ ਜਿਵੇਂ ਟੁੱਟੇ ਬੰਧਨ ਜਾਸ ਕੇ ਉਹ ਆ ਸਾਧੂ ਸੰਗ, ਇਹ ਜਿਹੜਾ ਸਲੋਕ ਪੜ੍ਹਿਆ ਜਾਂਦਾ ਹੈ ਇਹਦੇ ਵਿੱਚ ਜਿਹੜੀਆਂ ਜ਼ਫਰਨਾਮੇ ਦੀਆਂ ਪੰਕਤੀਆਂ ਵੀ ਪੜ੍ਹੀਆਂ ਜਾਂਦੀਆਂ ਜਦੋਂ ਨੁਕਦਾ ਛੱਡਣਾ ਹੁੰਦਾ ਸਿੰਘ।
पूरी मर्यादा का हिस्सा आ सारा कुछ अरदास करके नुकदा छड़े तो बाद जी शरदई है। हाँ इस तरह जी, हाँ जिवें पूरी मर्यादा वा मर्यादा के नाल रगड़ा पैण तो लैके बाणी पढ़द्या आ सुनहरे वेखो तुसी सिंघा ने चेहरे सजाए हुए किसी भी तरह का सो चेहरे सजा के ही रगड़ा लाना बड़ी सुचम दे नाल जे हाथ इधर उधर थले भी लग गया उन्हूं फिर रेता नाल मांज के साफ कर जे सड़कों के तुम कहने निहंग सिंह का लिबास पा के वो ये मर्यादा तो अणजाण है इहदा करके जी अणमति गल है वो मनमत की गल ठीक नहीं। सुचम जिनी दल पंथ निहंग सिंह अपनी मर्यादा दे विच रखते ने प्रशादा पानी तैयार कर लगे सरदईया तैयार कर लगे जिनी सुचम रखते ने मूंह भी ढाके रखते हैं बाणी पढ़ते हैं हाथों में सुचा करते रहते हैं इस दे उत्ते भी बहुत सारे लोग सवाल खड़े करते रहते हैं पर मैं लगता कि करोना काल च आके लोगों ने सारे वहम निकल गए। बिल्कुल जी 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 हूँ लोड़ पैन तो दुनिया ने वरती है यह तो सदियों तो ही गुरु का पंथ आ हूँ मास्क की गल वो छोटा जहा कपड़ा मूँह से लाने लग पे हूँ सिंह किन्ने ढाई ढाई मीटर के जेडे चेहरे सजाए हुए है यहाँ महाराज कलगीधर पातशाह के वेले तो ही सारा कुछ। हाँ जी पूरी मर्यादा आ तो यह तैयार किया जाता है। मैं एक खास सवाल पूछना चाहना जिवें लोगों के मन जिवें तुसीं पहलां भी यह गल की है कि भरम पाए जाते हैं निहंग सिंघां दा अक्स खराब करन दे लई शरदई दे मामले दे विच भी इदां ही है लोगों नूं इह है कि जेकर असीं इह शरदई पीवांगे तो साडा दिमाग घुम जूगा चक्कर आउण लग जाणगे असीं सुते रहांगे नशे च हो जाएंगे यह नशा नहीं हैगा तो ना इहनूं पी के नशा चढ़ेगा। आ वेखो सठ किलो के पंजाह पंजाह सठ किलो के सलोत्र आ जिहड़े गेट दे सन सवेर तो अमृत वेले 4 बजे तो लैके रात के 10 11 बजे तक जिहड़ा सिंह ड्यूटी निभा रहा वो नशे के बेहाल होया तो नहीं निभा सकता वो सुचेत होगा ता ही बाणी पढ़ूगा ता ही अरदासा करूगा ता ही पूरी मात्रा के नाल जिहड़ा पदार्थ ये पैना वो पाऊगा ना इहदा करके बिल्कुल गलत गल्लां जिहड़े पंथ के दोखी पंथ तो घिरना करते हैं खालसे की चढ़ती कला नहीं जिहड़े बर्दाश्त करते वो जिहड़ियां धारणा वो प्रचलित करते लोगों के भी ये खालसे तो खालसाई मर्यादा तो दूर जाण। हाँ जी बहुत बहुत धन्यवाद तुसीं बड़ी कीमती जानकारी सांझी कीती है। तो इत्थे पूरी मर्यादा दे नाल सरदईयां तैयार कीतियां जांदियां ने। मैं एक खास गल दसनी चाहुंदा कि जिहड़े पहलवान पहलवानी करदे ने जदों वो अपनी तैयारी कर रहे हुंदे ने तो वह भी सरदईयां छकदे ने वह भी ये सारा तैयार करके छकदे ने शरीर के लिए बड़ी लाहेवंद है ये गल जिहड़े पहलवानी करदे नौजवान ने उन्हां तों भी पुछी जा सकती है। तो पूरी मर्यादा दे विच इत्थे बदाम कढ़े जा रहे ने इन्हां बदामां नूं होर जिहड़े तत् सरदईयां दे विच पैंदे ने ओह इन्हां दे विच रगड़ के पूरी मर्यादा दे नाल इत्थे तैयार कीतियां जांदियां ने। तो आ सलोत्र ने इन्हां सलोत्रां नूं हिलाउणा भी आम व्यक्ति दे वस दे विच नहीं हैगा पर निहंग सिंह सारा सारा दिन इत्थे संगत दे विच संगत की सेवा करते हैं इन्हां सलोत्रां दे नाल सुनहरियां दे नाल सरदईयां तैयार करते हैं अते मर्यादा की है सिंह साहब ने वह भी दस्सिया कि यह नशा नहीं हैगा यह शरीर के लिए बड़ी लाहेवंद है। तो इत्थे पूरा तुहानूं जिहड़ा तैयारी है वह दिखा रहे हैं कि किवें जिहड़ा तैयार किया जाता है सुनहरे स्रोतों के नाल सरदईयां नूं तैयार किया जाता है। तुसीं देखते रहे हो पंजाब न्यूज़ टीवी मैनूं अमदीप सिंह नूं दिओ इजाजत धन्नवाद वाहिगुरू जी का खालसा वाहिगुरू जी की फतेह।